ਜ਼ਿਲ੍ਹਾ ਪੰਜਾਬ ਫਾਰਮ ਜਿਹੜਾ ਕਿ ਅਸੀਂ ਦੇਖ ਰਹੇ ਹਾਂ ਕਿ ਕੋਟਪੁਰੇ ਦੇ ਬਾਸ ਬਾਈਪਾਸ ਦੇ ਉੱਤੇ ਕਾਂਤ ਜਗ੍ਹਾ ਦੇ ਵਿੱਚ ਤੁਸੀਂ ਖੋਲਿਆ ਔਰ ਉਹਦੇ ਵਿੱਚ ਪ੍ਰੀ ਵੈਡਿੰਗ ਪ੍ਰਿਪਰੇਸ਼ਨ ਔਰ ਬਹੁਤ ਵਧੀਆ ਵਧੀਆ ਸੈਟਸ ਤੁਹਾਡੇ ਜਿਹੜੇ ਹੈਗੇ ਆ ਲੋਕਾਂ ਨੂੰ ਦੇ ਰਹੇ ਹੋ, ਕੀ ਕਹਿਣਾ ਚਾਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਅੰਮ੍ਰਿਤਸਰ ਬਾਈਪਾਸ ਅਤੇ ਕੋਟਪੁਰਾ ਦੇ ਵਿੱਚ ਲਵ ਪੰਜਾਬ ਫਾਰਮਸ ਖੋਲਿਆ। ਇੱਥੇ ਮਤਲਬ ਕੋਈ ਵੀ ਫੰਕਸ਼ਨ ਹੋਵੇ, ਬਰਥਡੇ ਪਾਰਟੀ, ਰਿੰਗ ਸੈਰਾਮਨੀ, ਵੈਡਿੰਗ ਦਾ ਹੋਰ ਕੋਈ ਕਿੱਟੀ ਪਾਰਟੀ ਜਾਂ ਕੋਈ ਪ੍ਰੀ ਵੈਡਿੰਗ ਸ਼ੂਟ ਲਈ ਕਿਸੇ ਨੂੰ ਲੋਕੇਸ਼ਨ ਚਾਹੀਦੀ ਹੋਵੇ ਤਾਂ ਉਹਦੇ ਲਈ ਸਭ ਕੁਝ ਅਵੇਲੇਬਲ ਹੈ। ਇੱਥੇ ਸਭ ਕੁਝ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਅਤੇ ਆਓ। ਅਤੇ ਵੀਰ ਜੀ, ਜਿਸ ਤਰੀਕੇ ਨਾਲ ਤੁਸੀਂ ਪੁਰਾਣੀਆਂ ਚੀਜ਼ਾਂ, ਪੁਰਾਣੀ ਲੋਕੇਸ਼ਨ ਉਹ ਵੀ ਬਣਾਈ ਔਰ ਨਾਲ ਨਵੀਂ ਲੁੱਕ ਦਿੱਤੀ ਹੈਗੀ, ਦੋਨਾਂ ਦਾ ਕੰਬੀਨੇਸ਼ਨ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਵਿੱਚ ਹੈ ਜੀ, ਪ੍ਰੀ ਵੈਡਿੰਗ ਜਿੱਦਾਂ ਹੁੰਦੇ ਆ ਉਹਦੇ ਵਿੱਚ ਆਪਾਂ ਨੂੰ ਦੋਨੋਂ ਤਰ੍ਹਾਂ ਦੀਆਂ ਲੋਕੇਸ਼ਨਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਇਹਨਾਂ ਸ਼ੂਟਸ ਦੇ ਲਈ। ਇਸ ਕਰਕੇ ਆਪਾਂ ਦੋਨੋਂ ਚੀਜ਼ਾਂ ਨੂੰ ਇੱਥੇ ਹੀ ਬਣਾਇਆ ਆਪਣੇ ਸ਼ਹਿਰ ਦੇ ਵਿੱਚ ਹੀ ਤਾਂ ਜੋ ਲੋਕਾਂ ਨੂੰ ਕਿਤੇ ਦੂਰ ਨਾ ਜਾਣਾ ਪਵੇ। ਵੀਰ ਜੀ, ਜਿੱਦਾਂ ਫੋਟੋਗ੍ਰਾਫੀ ਦਾ ਤੁਹਾਡਾ ਪੁਰਾਣਾ ਪ੍ਰੋਫੈਸ਼ਨ ਹੈਗਾ ਔਰ ਤੁਸੀਂ ਫੋਟੋਗ੍ਰਾਫੀ ਦੇ ਵਿੱਚ ਪਾਇਨੀਅਰ ਵੱਜਦੇ ਹੋ ਇਸ ਏਰੀਆ ਦੇ ਵਿੱਚ, ਕੀ ਇਹ ਵੀ ਚੀਜ਼ ਮੈਟਰ ਕਰਦੀ ਹੈ? ਕਿਉਂਕਿ ਤੁਹਾਨੂੰ ਸਾਰੇ ਲੋਕ ਜਾਣਦੇ ਨੇ, ਤੁਸੀਂ ਬੜਾ ਸਾਫ਼ ਸੁਥਰਾ ਕੰਮ ਲੋਕਾਂ ਨੂੰ ਪਹਿਲਾਂ ਦਿੱਤਾ, ਵੀ ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਇੱਥੇ ਕੋਈ ਕਿੱਟੀ ਪਾਰਟੀ ਜਾਂ ਕੋਈ ਛੋਟਾ ਮੋਟਾ ਫੰਕਸ਼ਨ ਕਰਾਂਗੇ ਤਾਂ ਉਹਦੇ ਵਿੱਚ ਸਾਨੂੰ ਬੜਾ ਈਜ਼ੀ ਗੋਇੰਗ ਰਹੂਗਾ, ਜਿਵੇਂ ਤੁਸੀਂ ਪਹਿਲਾਂ ਸਾਫ਼ ਸੁਥਰਾ ਕੰਮ ਕੀਤਾ ਉਹੀ ਲੋਕਾਂ ਨਾਲ ਆਏਗਾ। ਬਿਲਕੁਲ ਜੀ ਬਿਲਕੁਲ, ਪਿਛਲੇ 25 ਸਾਲਾਂ ਤੋਂ ਸਾਡਾ ਵਿੱਕੀ ਬਾਲੀਵੁੱਡ ਲੋਕਾਂ ਨਾਲ ਕੰਮ ਕਰ ਰਿਹਾ। ਜੋ ਕੁਆਲਿਟੀ ਅਸੀਂ ਵਿੱਕੀ ਬਾਲੀਵੁੱਡ 'ਤੇ ਦੇ ਰਹੇ ਹਾਂ, ਸਾਡਾ ਇਹੀ ਵਾਅਦਾ ਕਿ ਇੱਥੇ ਵੀ ਇਹੀ ਚੀਜ਼ ਚੱਲੇਗੀ। ਔਰ ਵੀਰ ਜੀ, ਅੱਜ ਕੱਲ੍ਹ ਜਿੱਦਾਂ ਨੋਨ ਵੈਜ ਅਤੇ ਵੈਜ ਦੀ ਗੱਲ ਹੈਗੀ ਆ, ਤੁਸੀਂ ਬੜਾ ਧਿਆਨ ਰੱਖਦੇ ਹੋ ਇਹਨਾਂ ਚੀਜ਼ਾਂ ਦਾ ਕਿ ਵੈਜ ਅਤੇ ਨੋਨ ਵੈਜ ਦੋਨੇ ਚੀਜ਼ਾਂ ਅਲੱਗ ਅਲੱਗ ਹੋਣ ਔਰ ਕਿਸੇ ਦਾ ਵੀ ਧਰਮ ਭ੍ਰਸ਼ਟ ਨਾ ਹੋਵੇ, ਜਿਹੜੇ ਬੰਦੇ ਵੈਜ ਵਾਲੇ ਆ ਉਹਨਾਂ ਦੇ ਲਈ ਉਹੋ ਜਿਹਾ ਅਰੇਂਜਮੈਂਟ ਹੁੰਦਾ ਤੁਹਾਡੇ ਕੋਲ ਔਰ ਨੋਨ ਵੈਜ ਲਈ ਨੋਨ ਵੈਜ? ਹਾਂਜੀ ਬਿਲਕੁਲ, ਇੱਦਾਂ ਹੀ ਹੈ ਸਰ, ਨੋਨ ਵੈਜ ਦੇ ਲਈ ਬਿਲਕੁਲ ਅਲੱਗ ਹੋਏਗਾ। ਜੋ ਅਸੀਂ ਰੈਸਟੋਰੈਂਟ ਸ਼ੁਰੂ ਕਰਾਂਗੇ ਉਹ ਸਿਰਫ ਵੈਜੀਟੇਰੀਅਨ ਹੋਏਗਾ, ਇੱਥੇ ਨੋਨ ਵੈਜ ਉੱਥੇ ਅਲਾਊਡ ਹੀ ਨਹੀਂ ਹੋਏਗਾ। ਆਪਣਾ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਆ ਤਾਂ ਉੱਥੇ ਸਭ ਅਲੱਗ ਅਲੱਗ ਬਣੇਗਾ ਜੀ। ਪਹਿਲੇ ਜਿਹੜੇ ਕਸਟਮਰ ਤੁਹਾਨੂੰ ਅਪਰੋਚ ਕਰ ਰਹੇ ਨੇ ਕਿਉਂਕਿ ਤੁਹਾਡਾ ਹੌਸਲਾ ਵਧਾ ਰਹੇ ਨੇ, ਪੁਰਾਣੇ ਤੁਹਾਡਾ ਜੁੜੇ ਨੇ, ਉਹਨਾਂ ਲਈ ਕੋਈ ਸਪੈਸ਼ਲ ਡਿਸਕਾਊਂਟ ਵੀ ਦੇ ਰਹੇ ਹੋ? ਹਾਂਜੀ, 31 ਦਸੰਬਰ ਤੱਕ ਜੋ ਵੀ ਬੁਕਿੰਗ ਨੇ ਉਹਨਾਂ ਲਈ 20% ਡਿਸਕਾਊਂਟ ਦੇ ਰਹੇ ਆਪਾਂ। ਉਹ ਸਾਰਾ ਕੈਟਰਿੰਗ ਵਿੱਚ ਵੀ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਡਿਸਕਾਊਂਟ ਹੋਏਗਾ? ਹਾਂਜੀ ਹਾਂਜੀ, ਇੰਕਲੂਡਡ ਹੀ ਸਾਰਾ ਇੰਕਲੂਡਡ। ਔਰ ਆਉਣ ਵਾਲੇ ਸਮੇਂ 'ਚ ਕੀ ਤੁਹਾਡਾ ਮਾਈਂਡ ਹੈਗਾ ਕਿ ਇੱਥੇ ਇੱਕ ਵੈਜ ਰੈਸਟੋਰੈਂਟ ਵੀ ਖੋਲ੍ਹਿਆ ਜਾਵੇ, ਥੀਮ ਪਾਰਕ ਦਾ ਵੀ ਤੁਹਾਡੇ ਮਨ ਦੇ ਵਿੱਚ ਹੈ ਕਿ ਅਸੀਂ ਅਮਿਊਜ਼ਮੈਂਟ ਪਾਰਕ ਵੀ ਜਿੱਥੇ ਥੋੜ੍ਹੇ ਜਿਹੇ ਝੂਲੇ ਵਗੈਰਾ ਹੋਰ ਆ, ਕੀ ਤੁਹਾਡੇ ਮਨ ਦੇ ਵਿੱਚ ਹੈ ਕਿ ਇਹ ਫੁਰਨੇ ਕੀ ਉੱਠ ਰਹੇ ਨੇ? ਬਸ ਥੋੜ੍ਹੀ ਜਿਹੀ ਵੇਟ ਹੈ ਜੀ, ਇੱਥੇ ਆਪਾਂ ਇੱਕ ਰੈਸਟੋਰੈਂਟ ਸ਼ੁਰੂ ਕਰ ਦੇਣਾ, ਨਾਲ ਇੱਕ ਪੰਜਾਬੀ ਢਾਬਾ ਵੀ ਸ਼ੁਰੂ ਕਰਾਂਗੇ ਅਤੇ ਇੱਕ ਆਪਾਂ ਇੱਥੇ ਮਿਊਜ਼ੀਅਮ ਬਣਾਉਣ ਦੀ ਵੀ ਸੋਚ ਰਹੇ ਹਾਂ, ਪੁਰਾਣੇ ਚੀਜ਼ਾਂ ਨੂੰ ਲੈ ਕੇ ਆਪਾਂ ਮਿਊਜ਼ੀਅਮ ਵੀ ਬਣਾਵਾਂਗੇ ਇੱਥੇ, ਬਸ ਲੋਕਾਂ ਦੇ ਸਹਿਯੋਗ ਨਾਲ ਹੀ ਹੈ ਜੀ ਸਾਰਾ ਕੁਛ। ਔਰ ਕੀ ਤੁਹਾਡਾ ਮੈਸੇਜ ਰਹੂਗਾ ਅੱਜ ਦੇ ਯੰਗ ਬਲੱਡਡਸ ਨੂੰ, ਜਿੱਦਾਂ ਤੁਸੀਂ ਆਪਣੀ એનર્ਜੀ ਨੂੰ ਚੈਨਲਾਈਜ਼ ਕੀਤਾ ਆਪਣੇ ਫਾਦਰ ਦੇ ਨਾਲ ਬੈਠ ਕੇ, ਤੁਸੀਂ ਜਿਹੜਾ ਹੈਗਾ ਉਸੇ ਪ੍ਰੋਫੈਸ਼ਨ ਨੂੰ ਅੱਗੇ ਵਧਾਇਆ ਔਰ ਮਾਂ ਬਾਪ ਦੀ ਸੇਵਾ ਵੀ ਜਿਹੜੀ ਹੈਗੀ ਉਹਨੂੰ ਇੱਕ ਧਰਮ ਸਮਝਿਆ, ਅੱਜ ਦੇ ਜਿਹੜੇ ਬੱਚੇ ਆ, ਯੂਥ ਆ ਜਿਹੜਾ, ਉਹਨਾਂ ਨੂੰ ਬੜਾ ਦੂਰ ਜਾਣ ਦਾ ਮਾਇੰਡ ਵਿੱਚ ਆ, ਕੋਈ ਫੋਰਨ ਜਾ ਰਿਹਾ ਮਾਂ ਪਿਓ ਨੂੰ ਛੱਡ ਕੇ, ਉਹ ਬਜ਼ੁਰਗ ਜਿਹੜੇ ਵਿਚਾਰੇ ਉਹੀ ਉੱਦਾਂ ਦੀ ਉੱਦਾਂ ਜ਼ਿੰਦਗੀ ਜਿਹੜੀ ਹੈਗੀ ਉਹਨਾਂ ਦੀ ਅਖਿਆਈ ਵਾਲੀ ਆ, ਕੀ ਕਹਿਣਾ ਚਾਹੋ? ਉਹਦੇ ਲਈ ਮੈਂ ਇਹ ਕਹਿਣਾ ਚਾਹੂੰਗਾ ਜੀ, ਜੇ ਆਪਾਂ ਕੰਮ ਕਰਨ ਵਾਲੇ ਹੋਈਏ ਤਾਂ ਆਪਣਾ ਇੰਡੀਆ ਮਾੜਾ ਦੇਸ਼ ਨਹੀਂ ਹੈਗਾ, ਆਪਾਂ ਇੱਥੇ ਰਹਿ ਕੇ ਸਭ ਕੁਝ ਕਰ ਸਕਦੇ ਹਾਂ, ਬਾਹਰ ਜਾ ਕੇ ਜੋ ਕੰਮ ਕਰਨਾ ਆਪਾਂ ਇੱਥੇ ਕਰੀਏ ਤਾਂ ਆਪਾਂ ਨੂੰ ਸਫਲਤਾ ਬਿਲਕੁਲ ਮਿਲੇਗੀ। ਥੈਂਕ ਯੂ।